ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਇਹ ਵਾਲਾ ਡਿਜ਼ਾਇਨ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਸਿਲਾਈ ਉੱਪਰ ਅੱਠ ਅੱਠ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਅਤੇ ਸੱਤ ਕੁੰਡੇ ਵੱਧ। ਇਹ ਡਿਜ਼ਾਇਨ ਦੀ ਸਿੱਧੀ ਸਾਈਡ ਆ, ਇਹ ਵਾਲੀ ਉਲਟੀ ਸਾਈਡ ਆ। ਚਲੋ ਜੀ ਸ਼ੁਰੂ ਕਰਦੇ ਹਾਂ ਡਿਜ਼ਾਇਨ ਬਣਾਉਣਾ। ਜਿਸ ਤਰ੍ਹਾਂ ਬਟਰ ਬਣਾਉਣ ਤੋਂ ਬਾਅਦ 'ਚ ਪਹਿਲੀ ਸਿਲਾਈ ਉਰੋ ਬਣਾਈ ਆ, ਉਹੀ ਪਹਿਲੀ ਸਿਲਾਈ ਉਰੋ ਬਣਾਉਣੀ ਸ਼ੁਰੂ ਕਰਾਂਗੇ। ਪਹਿਲੀ ਸਿਲਾਈ ਸਿੱਧੀ ਸਾਈਡ, ਪਹਿਲਾ ਕੁੰਡਾ ਬੁਣੋ ਚਾਹੇ ਬਿਨਾਂ ਬੁਣਿਆ ਉਤਾਰੋ, ਤੁਹਾਡੀ ਆਪਣੀ ਮਰਜ਼ੀ ਹੈ। ਮੈਂ ਇਸ ਨੂੰ ਉਲਟਾ ਬਣਾਉਂਗੀ। ਧਾਗਾ ਦੂਸਰੀ ਸਾਈਡ, ਪਹਿਲੇ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਬਲ ਪਾਵਾਂਗੇ, ਇੱਕ ਕੁੰਡਾ ਸਿੱਧਾ। ਸਿਲਾਈ ਉੱਪਰ ਬਲ ਪਾਵਾਂਗੇ, ਅੱਗੇ ਤੋਂ ਸਿਲਾਈ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਤਿੰਨ ਕੁੰਡੇ ਸਿੱਧੇ, ਇੱਕ ਦੋ ਤਿੰਨ। ਪਹਿਲੇ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਬਲ ਪਾਵਾਂਗੇ, ਇੱਕ ਕੁੰਡਾ ਸਿੱਧਾ। ਸਿਲਾਈ ਉੱਪਰ ਬਲ ਪਾਵਾਂਗੇ, ਅੱਗੇ ਦੀ ਸਿਲਾਈ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਤਿੰਨ ਕੁੰਡੇ ਸਿੱਧੇ, ਇੱਕ ਦੋ ਤਿੰਨ। ਪਹਿਲੇ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਬਲ ਪਾਵਾਂਗੇ, ਇੱਕ ਕੁੰਡਾ ਸਿੱਧਾ। ਸਿਲਾਈ ਉੱਪਰ ਬਲ ਪਾਵਾਂਗੇ, ਅੱਗੇ ਦੀ ਸਿਲਾਈ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਤਿੰਨ ਕੁੰਡੇ ਸਿੱਧੇ, ਇੱਕ ਦੋ ਤਿੰਨ। ਪਹਿਲੇ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਬਲ ਪਾਵਾਂਗੇ, ਇੱਕ ਕੁੰਡਾ ਸਿੱਧਾ। ਸਿਲਾਈ ਉੱਪਰ ਬਲ ਪਾਵਾਂਗੇ, ਅੱਗੇ ਦੀ ਸਿਲਾਈ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਧਾਗਾ ਆਪਣੀ ਸਾਈਡ, ਲਾਸਟ ਦਾ ਕੁੰਡਾ ਉਲਟਾ। ਤੁਸੀਂ ਇਸਨੂੰ ਸਿੱਧਾ ਹੀ ਬੁਣ ਸਕਦੇ ਹੋ। ਦੂਸਰੀ ਸਿਲਾਈ ਉਲਟੀ ਸਾਈਡ, ਸਾਰੀ ਸਿਲਾਈ ਉਲਟੀ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਇਸ ਡਿਜ਼ਾਇਨ ਦੀਆਂ ਬੈਕ ਸਾਈਡ ਦੀਆਂ ਸਾਰੀਆਂ ਸਿਲਾਈਆਂ ਸੇਮ ਦੂਸਰੀ ਸਿਲਾਈ ਦੀ ਤਰ੍ਹਾਂ ਉਲਟੀਆਂ ਉਲਟੀਆਂ ਹੀ ਬਣਨਗੀਆਂ। ਤੀਸਰੀ ਸਿਲਾਈ ਸਿੱਧੀ ਸਾਈਡ, ਪਹਿਲਾ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ। ਸਿਲਾਈ ਉੱਪਰ ਬਲ ਪਾਵਾਂਗੇ, ਇੱਕ ਦੋ, ਦੋ ਕੁੰਡੇ ਨੂੰ ਇਸ ਤਰ੍ਹਾਂ ਸਿਲਾਈ ਦੇ ਉੱਪਰ ਲੈ ਕੇ ਪਲਟ ਕੇ ਸਿਲਾਈ 'ਚ ਵਾਪਸ ਕਰਾਂਗੇ ਅਤੇ ਬੈਕ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਬਲ ਪਾਵਾਂਗੇ, ਪੰਜ ਕੁੰਡੇ ਸਿੱਧੇ, ਇੱਕ ਦੋ ਤਿੰਨ ਚਾਰ ਪੰਜ। ਸਿਲਾਈ ਉੱਪਰ ਬਲ ਪਾਵਾਂਗੇ, ਦੋ ਕੁੰਡਿਆਂ ਨੂੰ ਇਸ ਤਰ੍ਹਾਂ ਪਲਟ ਕੇ ਬੈਕ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਬਲ ਪਾਵਾਂਗੇ, ਪੰਜ ਕੁੰਡੇ ਸਿੱਧੇ, ਇੱਕ ਦੋ ਤਿੰਨ ਚਾਰ ਪੰਜ। ਸਿਲਾਈ ਉੱਪਰ ਬਲ ਪਾਵਾਂਗੇ, ਦੋ ਕੁੰਡਿਆਂ ਨੂੰ ਇਸ ਤਰ੍ਹਾਂ ਪਲਟ ਕੇ ਬੈਕ ਸਾਈਡ ਤੋਂ ਤੀਸਰੇ ਕੁੰਡੇ ਨਾਲ ਲੈ ਕੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਬਲ ਪਾਵਾਂਗੇ, ਪੰਜ ਕੁੰਡੇ ਸਿੱਧੇ, ਇੱਕ ਦੋ ਤਿੰਨ ਚਾਰ ਪੰਜ। ਸਿਲਾਈ ਉੱਪਰ ਬਲ ਪਾਵਾਂਗੇ, ਦੋ ਕੁੰਡਿਆਂ ਨੂੰ ਇਸ ਤਰ੍ਹਾਂ ਸਿਲਾਈ ਨਾਲ ਪਲਟ ਕੇ ਬੈਕ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਬਲ ਪਾਵਾਂਗੇ, ਇੱਕ ਕੁੰਡਾ ਸਿੱਧਾ ਅਤੇ ਲਾਸਟ ਦਾ ਕੁੰਡਾ ਉਲਟਾ। ਚੌਥੀ ਸਿਲਾਈ ਪੂਰੀ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਪੰਜਵੀਂ ਸਿਲਾਈ ਸਿੱਧੀ ਸਾਈਡ, ਪਹਿਲਾ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ। ਪਹਿਲੇ ਕੁੰਡੇ ਨੂੰ ਉਲਟਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਬਲ ਪਾਵਾਂਗੇ, ਇੱਕ ਕੁੰਡਾ ਸਿੱਧਾ। ਸਿਲਾਈ ਉੱਪਰ ਬਲ ਪਾਵਾਂਗੇ, ਅੱਗੇ ਦੀ ਸਿਲਾਈ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ। ਤਿੰਨ ਕੁੰਡੇ ਸਿੱਧੇ, ਇੱਕ ਦੋ ਤਿੰਨ। ਪਹਿਲੇ ਕੁੰਡੇ ਨੂੰ ਉਲਟਾ ਕੇ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਬਲ ਪਾਵਾਂਗੇ, ਇੱਕ ਕੁੰਡਾ ਸਿੱਧਾ। ਸਿਲਾਈ ਉੱਪਰ ਬਲ ਪਾਵਾਂਗੇ,
अगे की सिलाई लैके दो कुंडिया का एक कुंडा करांगे, तीन कुंडे सीधे एक दो तीन, पहले कुंडे उल्टा के बैक साइड तो दो कुंडिया का एक कुंडा करांगे, सिलाई उपर बल पावांगे एक कुंडा सीधा, सिलाई उपर बल पावांगे अगे की सिलाई लैके दो कुंडिया का एक कुंडा करांगे, तीन कुंडे सीधे एक दो तीन, पहले कुंडे उल्टा के दो कुंडिया का बैक साइड तो एक कुंडा करांगे, सिलाई उपर बल पावांगे एक कुंडा सीधा, सिलाई उपर बल पावांगे अगे की सिलाई लैके दो कुंडिया का एक कुंडा करांगे, तो लास्ट का कुंडा अपने बल धागा करके उल्टा, सेमी सिलाई उल्टी साइड, सारी सिलाई उल्टी बुनांगे, सातवीं सिलाई सीधी साइड। इस सिलाई दे विच डिजाइन की जगह चेंज हो जू, बुनूंगियां सिर्फ यही छे सिलाइया, ये वाला डिजाइन इत्थे आ जू, ये प्लेन जगह इत्थे आ जू। पहला कुंडा उल्टा, धागा दूसरी साइड, एक दो तीन चार, चार कुंडे सीधे, पहले कुंडे नूं उल्टा के दो कुंडिया का एक कुंडा करांगे, सिलाई उपर बल पावांगे एक कुंडा सीधा, सिलाई उपर बल पावांगे दो कुंडिया का एक कुंडा करांगे, अगे दी तीन कुंडे सीधे एक दो तीन, पहले कुंडे नूं उल्टा के बैक साइड तो दो कुंडिया का एक कुंडा करांगे, सिलाई उपर बल पावांगे एक कुंडा सीधा, सिलाई उपर बल पावांगे अगे की सिलाई लैके दो कुंडिया का एक कुंडा करांगे, तीन कुंडे सीधे एक दो तीन, पहले कुंडे उल्टा के बैक साइड तो दो कुंडिया का एक कुंडा करांगे, सिलाई उपर बल पावांगे एक कुंडा सीधा, सिलाई उपर बल पावांगे अगे की सिलाई पा के दो कुंडिया का एक कुंडा करांगे, एक दो तीन चार, चार कुंडे सीधे अपने बल धागा करके लास्ट का कुंडा उल्टा। अठवीं सिलाई पूरी उल्टी बुन के कंप्लीट करांगे, नौवीं सिलाई सीधी साइड, पहला कुंडा उल्टा, धागा दूसरी साइड, एक दो तीन चार पाँच, पाँच कुंडे सीधे, सिलाई उपर बल पावांगे पहले दो कुंडिया नूं उल्टा के बैक साइड तो तीन कुंडिया का एक कुंडा करांगे, सिलाई उपर बल पावांगे एक एक दो तीन चार पाँच, पाँच कुंडे सीधे, सिलाई उपर बल पावांगे पहले दो कुंडिया उल्टा के बैक साइड तो तीन कुंडिया का एक कुंडा करांगे, सिलाई उपर बल पावांगे एक दो तीन चार पाँच, पाँच कुंडे सीधे, सिलाई उपर बल पावांगे पहले दो कुंडिया उल्टा के बैक साइड तो तीन कुंडिया का एक कुंडा करांगे, सिलाई उपर बल पावांगे एक दो तीन चार पाँच, पाँच कुंडे सीधे, धागा अपनी साइड लास्ट का कुंडा उल्टा। दसवीं सिलाई पूरी उल्टी बुनांगे, ग्यारहवीं सिलाई सीधी साइड, पहला कुंडा उल्टा, धागा दूसरी साइड, एक दो तीन चार, चार कुंडे सीधे, पहले कुंडे उल्टा के बैक साइड तो दो कुंडिया का एक कुंडा करांगे, सिलाई उपर बल पावांगे एक कुंडा सीधा, सिलाई उपर बल पावांगे पहले अगे की सिलाई लैके दो कुंडिया का एक कुंडा करांगे, एक दो तीन, तीन कुंडे सीधे, सिलाई उपर बल पावांगे पहले कुंडे उल्टा के बैक साइड तो दो कुंडिया का एक कुंडा करांगे, सिलाई उपर बल पावांगे एक कुंडा सीधा, सिलाई उपर बल पावांगे अगे की सिलाई लैके दो कुंडिया का एक कुंडा करांगे, तीन कुंडे सीधे एक दो तीन, पहले कुंडे उल्टा के बैक साइड तो दो कुंडिया का एक कुंडा करांगे, सिलाई उपर बल पावांगे एक कुंडा सीधा, सिलाई उपर बल पावांगे अगे की सिलाई पा के दो कुंडिया का एक कुंडा करांगे, एक दो तीन चार, चार कुंडे सीधे, धागा अपनी साइड लास्ट का कुंडा उल्टा। बारहवीं सिलाई पूरी उल्टी बुन के कंप्लीट करांगे, इन्हां बारह सिलाइयों बार बार रिपीट करते जाओ तो एक शानदार डिजाइन तैयार करते जाओ। वीडियो लाइक शेयर और चैनल सब्सक्राइब जरूर करो जी।
थैंक यू।